ਦਾਸਾ ਭਾਵ ਗਰੀਬੀ ਨੂੰ ਗੁਰੂ ਸਾਹਿਬ ਨੇ ਵਡਿਆਇਆ ਹੈ। ਜਦੋਂ ਬਲੀ ਕੰਧਾਰੀ ਨੂੰ ਸਮਤ ਆ ਗਈ, ਉਹਨੇ ਸਾਰੇ ਜ਼ੋਰ ਲਾ ਲਏ, ਫਿਰ ਗੁਰੂ ਸਾਹਿਬ ਵੱਲ ਭੱਜਿਆ ਹੈ ਵੀ ਮੇਰਾ ਖੁਦਾ ਆ ਗਿਆ, ਮੈਨੂੰ ਮਿਲਣ ਆਇਆ, ਮੈਨੂੰ ਸਮਝਾਉਣ ਆਇਆ, ਮੈਨੂੰ ਰਾਹੇ ਪਾਉਣ ਆਇਆ, ਮੈਂ ਭੁੱਲ ਗਿਆ। ਗੁਰੂ ਨਾਨਕ ਦੇਵ ਜੀ ਵੱਲ ਨੱਠਿਆ ਆਇਆ ਅਤੇ ਗੁਰੂ ਸਾਹਿਬ ਨੇ ਵੀ ਬਾਹਾਂ ਖੜੀ ਖੋਲ ਲਈਆਂ, ਆ ਮੇਰੇ ਆ ਯਾਰਾ ਆਖੋ ਸੀ। ਮਰਦਾਨਾ ਗੁੱਸਾ ਕਰਦਾ ਸੀ ਵੀ ਇਹ ਮਿੱਤਰ ਕਿੱਧਰ ਦਾ, ਇਹਨੇ ਸਾਨੂੰ ਬੋਲ ਕਬੋਲ ਬੋਲੇ, ਪਾਣੀ ਨਾ ਦਿੱਤਾ, ਸਭ ਨਾਲ ਈਰਖਾ ਕੀਤੀ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤਾਂ ਈਰਖਾ ਕੱਢਣ ਆਏ ਆ ਇਹਦੇ ਚੋਂ, ਇਹੀ ਕਹਿੰਦੀ ਜਿਹੜਾ ਹਉਮੇ ਧਾਰੀ ਬੈਠਾ ਇਹੀ ਕੱਢਣ ਆਏ ਆ, ਇਹਨੂੰ ਗਰੀਬੀ ਦੀ ਲੋੜ ਹੈ, ਇਹਨੂੰ ਤਮਾ ਛੱਡਣ ਦੀ ਲੋੜ ਹੈ, ਜਿਹੜਾ ਕਰੀ ਬੈਠਾ ਕਿ ਮੈਂ ਹੀ ਹਾਂ ਤਪਸਵੀ, ਜਿਹੜਾ ਕਿਸੇ 'ਤੇ ਰਹਿਮ ਨਹੀਂ ਕਰਦਾ, ਇਹੀ ਇਹਦੇ 'ਚ ਕਮੀ ਹੈ, ਬਹੁਤ ਵੱਡੀਆਂ ਇਹਦੇ 'ਚ ਕਮੀਆਂ ਨੇ। ਇੱਕ ਤਾਂ ਮੈਂ ਕਰਕੇ ਬਣਿਆ ਬੈਠਾ ਕਿ ਮੈਂ ਹੀ ਦੁਨੀਆ ਨੂੰ ਸੁੱਖ ਦੇਣਾ ਅਤੇ ਭਗਤੀ ਕਰਨਾ ਅਤੇ ਮੈਂ ਹੀ ਸੱਚਾ ਸੰਤ ਹਾਂ, ਵੱਡਾ ਬਲੀ ਹਾਂ, ਪੈਗੰਬਰ ਹਾਂ। ਦੂਜਾ ਇਹਦਾ ਹੰਕਾਰ ਇਹਨੂੰ ਦੂਰ ਕਰੀ ਬੈਠਾ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਨੇ ਬੜੀ ਦੁਨੀਆ ਤਾਰਨੀ ਹੈ, ਬੜੀ ਸੰਗਤ ਹੋਏਗੀ ਇਹਦੇ, ਪਰ ਭੁੱਲਿਆ ਬੈਠਾ ਹੈ। ਸਾਡਾ ਯਾਰ ਹੀ ਪਿਛਲੇ ਜਨਮ ਦਾ, ਇਹਦੇ ਕਰਕੇ ਅਸੀਂ ਆਏ ਹਾਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਿਹਰ ਕਰੋ, ਮੈਂ ਤੇਰਾ 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 ਸੱਚੇ ਪਾਤਸ਼ਾਹ ਜੀ ਰੱਖ ਲੋ ਗਰੀਬ ਜਾਣ ਕੇ, ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ, ਮੈਂ ਤੇਰਾ 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 ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ, ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੋ ਗਰੀਬ ਜਾਣ ਕੇ, ਤੇਰਾ 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 ਸੱਚੇ ਪਾਤਸ਼ਾਹ ਜੀ ਸਾਹਿਬ ਨੇ ਆ ਬੜੀ ਯਾਰਾ ਮਿਲ ਕੇ ਜੱਫੀ ਨਾਲੇ ਕਿਹਾ ਬੜੀਆ ਇਹ ਮੈਂ ਮੇਰੀਆਂ ਛੱਡ ਦੇ, ਕਹਿੰਦਾ ਮੇਰੇ ਗਰੀਬ ਨਵਾਜ, ਮੇਰੇ ਅੱਲਾ ਤਾਲਾ ਖੁਦਾ, ਇਹ ਮੈਂ ਮੇਰੀਆਂ ਛੱਡ ਕੇ ਤੇਰੇ ਚਰਨਾਂ 'ਚ ਆਇਆ, ਜਦੋਂ ਮੈਂ ਤੇਰੇ ਦਰਸ਼ਨ ਕਰ ਲਏ ਇਹ ਮੇਰੀਆਂ ਮੈਂ ਮੇਰੀਆਂ ਉੱਠ ਗਈਆਂ, ਹੁਣ ਤਾਂ ਮੇਰਾ ਕੁਝ ਵੀ ਨਹੀਂ, ਗੁਰੂ ਨਾਨਕ ਸਾਹਿਬ ਜੀ ਸਭ ਤੇਰਾ, ਤੂੰ ਖੁਦਾ ਹੀ ਰੂਪ ਬਦਲ ਕੇ ਆਇਆ, ਚਰਨਾਂ 'ਤੇ ਟੈ ਪਿਆ। ਗੁਰੂ ਸਾਹਿਬ ਨੇ ਤਾਂ ਗਲੇ ਲਾਇਆ ਪਰ ਇਹ ਚਰਨਾਂ ਨੂੰ ਤਰਸਦਾ ਹੈ।
ਇਹ ਛੱਡ ਦੇ ਆਪਣੀ ਹਉਮੇ ਦੀ ਹਿਰਸ ਛੱਡ ਦੇ। ਕਹਿੰਦਾ ਮਹਾਰਾਜ ਛੱਡੀ ਗਈ, ਇਹ ਪਹਿਲੋ ਹੀ ਸੀ, ਹੁਣ ਨਹੀਂ ਹੈਗੀ, ਤੁਹਾਡੀ ਤੁਹਾਨੂੰ ਵੇਖ ਕੇ ਭੱਜ ਗਈ ਹੈ, ਬੁਰਿਆਈਆਂ ਭੱਜ ਗਈਆਂ ਤੁਹਾਡੇ ਦਰਸ਼ਨ ਕਰਕੇ। ਕਹਿੰਦੇ ਗਰੀਬਾਂ 'ਤੇ ਰਹਿਮ ਕਰ ਆਖੋ ਸੀ, ਵਾਹਿਗੁਰੂ ਜੀ ਗਰੀਬੀ ਧਾਰ ਅਤੇ ਗਰੀਬਾਂ 'ਤੇ ਰਹਿਮ ਕਰ। ਜਦੋਂ ਕੋਈ ਫਕੀਰ ਬਣੇ ਫਿਰ ਉਹ ਜਾਤਾਂ ਪਾਤਾਂ ਨਹੀਂ ਪਰਖਦਾ, ਹਿੰਦੂ ਹੈ ਕਿ ਮੁਸਲਮਾਨ, ਇੱਕ ਖੁਦਾ ਨੂੰ ਦੇਖ ਅਤੇ ਸੰਸਾਰ ਸਾਰਾ ਖੁਦਾ ਦਾ ਹੀ ਦੇਖ। ਇੱਕ ਤਾਂ ਵਲੀਆ ਹਉਮੇ ਨਹੀਂ ਕਰਨੀ ਕਿ ਮੈਂ ਹੀ ਹਾਂ, ਸਭ ਤੋਂ ਵੱਡਾ ਦੂਸਰਾ ਗਰੀਬੀ ਧਾਰ ਕੇ ਗਰੀਬਾਂ 'ਤੇ ਰਹਿਮ ਕਰਨਾ ਹੈ। ਨਾਮ ਤੂੰ ਬੜਾ ਜਪਿਆ ਹੈ, ਜਪ ਰਿਹਾ ਹੈ, ਜਪੀ ਜਾਣਾ ਹੈ ਜਨਮ ਜਨਮ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਸਭ ਨੂੰ ਸੱਚੇ ਰਾਹ 'ਤੇ ਚਲਾ, ਸਭ ਨੂੰ ਜੋੜ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਬੜੀ ਕੰਧਾਰੀ ਨੇ ਹਿਰਦੇ 'ਚ ਬੰਨਿਆ। ਜਦੋਂ ਗੁਰੂ ਨਾਨਕ ਦੇਵ ਜੀ ਚੱਲਣ ਲੱਗੇ ਕਿੱਥੇ ਉਹ ਵੜਨ ਨਹੀਂ ਦਿੰਦਾ ਸੀ, ਜਦੋਂ ਪਛਾਣ ਲਿਆ ਹੁਣ ਕਹਿੰਦਾ ਜੀ ਮੈਂ ਨਾਲ ਹੀ ਜਾਣਾ, ਜਾ ਰਵੋ ਆਖੋ ਜਾਂ ਜਾਓ ਨਾ ਇੱਥੋਂ, ਜਾਂ ਮੈਨੂੰ ਵੀ ਲੈ ਜਾਓ ਆਖੋ ਸੀ। ਵਾਹਿਗੁਰੂ ਜੀ ਜਾਂ ਜਾਵੋ ਨਾ ਗੁਰੂ ਨਾਨਕ ਦੇਵ ਜੀ, ਜਾਂ ਮੈਨੂੰ ਵੀ ਲੈ ਜਾਓ, ਮੈਂ ਨਾਲ ਜਾਣਾ ਤੁਹਾਡੇ ਆਖੋ ਸ੍ਰੀ ਵਾਹਿਗੁਰੂ।